ਹਾਜ਼ਰੀਆਂ ਲਗਾਉਂਦੇ ਸਾਰਿਆਂ ਤੋਂ ਪਹਿਲਾਂ ਕੀ ਪੜਿਆ ਜਾਂਦਾ? ਬਿਸਮਿਲ੍ਲਾ। ਤੇ ਸਾਰੀ ਸੰਗਤ ਜਿੰਨੀ ਬੈਠੀ ਆ ਦੋਨੇ ਹੱਥ ਦੀ ਤਾੜੀ ਲਾ ਕੇ ਕੀ ਕਹਿਣਾ? ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ, ਓ ਬਿਸਮਿਲ੍ਲਾ ਕਰਾਂ, ਓ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ। ਓ ਸਜਿਆ ਅੱਜ ਦਰਬਾਰ ਤੇਰਾ, ਵੇ ਹੋ ਜਾਏ ਅੱਜ ਬੇੜਾ ਪਾਰ ਤੇਰਾ। ਓ ਸਜਿਆ ਅੱਜ ਦਰਬਾਰ ਤੇਰਾ, ਵੇ ਹੋ ਜਾਏ ਅੱਜ ਬੇੜਾ ਪਾਰ ਤੇਰਾ। ਅੱਜ ਮੇਲਾ ਮੇਰੇ ਸੋਹਣੇ ਦਾਤਾ ਜੀ ਦਾ, ਅੱਜ ਮੇਲਾ ਮੇਰੇ ਸੋਹਣੇ ਦਾਤਾ ਜੀ ਦਾ, ਸਦਕੇ ਜਾਵਾਂ ਮੈਂ ਤਲਕ ਬਾਰੀ। ਓ ਬਿਸਮਿਲ੍ਲਾ ਕਰਾਂ, ਓ ਬਿਸਮਿਲ੍ਲਾ ਕਰਾਂ, ਓ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ। ਹਾਂਜੀ, ਸਾਰੀ ਸੰਗਤ ਤਾੜੀ ਲਾ ਕੇ ਵੀ ਭਗਤ ਦਾਦਾ ਸਰਕਾਰ ਦੇ ਦਰਬਾਰ ਤੇ ਆਉਂਦੇ ਨੇ ਨਾ, ਜਿਹੜੇ ਭਗਤ ਸੱਚੇ ਮਨ ਨਾਲ ਉਹਨਾਂ ਤੋਂ ਕੁਝ ਮੰਗਦੇ ਨੇ, ਦਾਦਾ ਸਰਕਾਰ ਜੀ 10 ਗੁਣਾ ਵੱਧ ਕੇ ਦੇ ਦਿੰਦੇ ਨੇ। ਇੱਕ ਵਾਰ ਦਰਬਾਰ ਦੇ ਨਾਂ ਤੇ ਤਾੜੀ ਲਗਾ ਦੋ ਜ਼ੋਰਦਾਰ। ਕੀ ਕਹਿ ਰਹੇ ਨੇ? ਦੋਨੋਂ ਹੱਥ ਖੜੇ ਕਰ ਲਓ ਭਗਤੋ। ਜਿਹੜਾ ਵੀ ਇਸ ਬਾਗ ਬੂਹੇ ਤੇ ਆਉਂਦਾ ਏ, ਮੂੰਹੋਂ ਮੰਗੀਆਂ ਮੁਰਾਦਾਂ ਓਈਓ ਪਾਉਂਦਾ ਏ, ਮੂੰਹੋਂ ਮੰਗੀਆਂ ਮੁਰਾਦਾਂ ਓਈਓ ਪਾਉਂਦਾ ਏ। ਮੰਗੀਆਂ ਮੁਰਾਦਾਂ ਓਈਓ ਪਾਉਂਦਾ ਏ, ਮੂੰਹੋਂ ਮੰਗੀਆਂ ਮੁਰਾਦਾਂ ਓਈਓ ਪਾਉਂਦਾ ਏ। ਉਹ ਸਾਰੀਆਂ ਤੋਂ ਵੱਡਾ ਫਨਕਾਰ ਜੋ ਹੈ, ਉਹ ਸਾਰੀਆਂ ਤੋਂ ਵੱਡਾ ਫਨਕਾਰ ਜੋ ਹੈ, ਉਹ ਕੁਝ ਵੀ ਕਹੇ ਉਹ ਸਾਡਾ ਪਿਆਰ ਜੋ ਹੈ, ਕੁਝ ਵੀ ਕਹੇ ਉਹ ਸਾਡਾ ਪਿਆਰ ਜੋ ਹੈ। ਉਹ ਸਾਰੀਆਂ ਤੋਂ ਵੱਡਾ ਫਨਕਾਰ ਜੋ ਹੈ, ਉਹ ਕੁਝ ਵੀ ਕਹੇ ਉਹ ਸਾਡਾ ਪਿਆਰ ਜੋ ਹੈ। ਕਿਉਂ ਮਾਈਏ ਕਿਉਂ ਦਾਦਾ ਦਾ, ਕਿਉਂ ਮਾਈਏ ਦਾ ਕਿਉਂ ਦਾਦਾ ਦਾ, ਗਿਲਾ ਕਰਾਂ ਮੈਂ ਤਲਕ ਬਾਰੀ। ਓ ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ, ਓ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ। ਜਿਹਨੇ ਆਪਣੀ ਸਾਰੀ ਜ਼ਿੰਦਗੀ ਉਹਨਾਂ ਦੇ ਦਰਬਾਰ ਦੇ ਲੇਖੇ ਲਗਾ ਦਿੱਤੀ, ਤੇ ਫਿਰ ਵੀ ਉਹ ਭਗਤ ਦੀ ਜ਼ਿੰਦਗੀ ਵਿੱਚ ਦੁੱਖ ਨਹੀਂ ਮੁੱਕਦੇ। ਤਾਂ ਕਿਸੇ ਨੇ ਉਹਨੂੰ ਸਵਾਲ ਕੀਤਾ ਕਿ ਤੂੰ ਇੰਨੀ ਸੇਵਾ ਕਰਦਾ ਦਰਬਾਰ ਤੇ ਹਰ ਰੋਜ਼ ਜਾਂਦਾ, ਫਿਰ ਵੀ ਤੇਰੀ ਜ਼ਿੰਦਗੀ 'ਚ ਸੁਧਾਰ ਤਾਂ ਹੋਇਆ ਨਹੀਂ, ਤੂੰ ਦਰਬਾਰ ਬਦਲ ਕੇ ਵੇਖ ਲੈ, ਕਿਸੇ ਹੋਰ ਸਰਕਾਰ ਦੇ ਲੜ ਲੱਗ ਕੇ ਵੇਖ ਲੈ, ਕਿ ਪਤਾ ਤੇਰੀ ਜ਼ਿੰਦਗੀ ਸੁਧਾਰ ਹੋ ਜਾਵੇ। ਭਗਤ ਕੀ ਕਹਿ ਰਿਹਾ ਕਿ ਤੁਹਾਨੂੰ ਕੀ ਪਤਾ ਮੇਰੀ ਸਰਕਾਰ ਨੇ ਮੈਨੂੰ ਕਿੱਥੋਂ ਕਿੱਥੋਂ ਰੱਖਿਆ? ਕੀ ਕਹਿ ਰਿਹਾ? ਹਾਏ ਮਾੜਾ ਇੱਥੇ ਮਾੜਾ ਸਹੀ ਯਾਰ ਜੋ ਹੈ, ਮਾੜਾ ਇੱਥੇ ਮਾੜਾ ਸਹੀ ਯਾਰ ਜੋ ਹੈ, ਉਹ ਕੁਝ ਵੀ ਕਹੇ ਉਹ ਸਾਡਾ ਪਿਆਰ ਜੋ ਹੈ, ਕੁਝ ਵੀ ਕਹੇ ਉਹ ਸਾਡਾ ਪਿਆਰ ਜੋ ਹੈ। ਉਹ ਮਾੜਾ ਇੱਥੇ ਮਾੜਾ ਸਹੀ ਯਾਰ ਜੋ ਹੈ, ਉਹ ਕੁਝ ਵੀ ਕਹੇ ਉਹ ਸਾਡਾ ਪਿਆਰ ਜੋ ਹੈ। ਕਿਉਂ ਮਾਈਏ ਦਾ ਕਿਉਂ ਦਾਦਾ ਦਾ, ਕਿਉਂ ਮਾਈਏ ਦਾ ਕਿਉਂ ਦਾਦਾ ਦਾ, ਦਿਲਾ ਕਰਾਂ
ਮੈਂ ਤਲਾ ਕਵਾਰੀ ਉਹ ਬਿਸਮਿਲਾ ਕਰਾਂ, ਉਹ ਬਿਸਮਿਲਾ ਕਰਾਂ, ਉਹ ਬਿਸਮਿਲਾ ਕਰਾਂ, ਮੈਂ ਬਿਸਮਿਲਾ ਕਰਾਂ, ਮੈਂ ਬਿਸਮਿਲਾ ਕਰਾਂ, ਬਿਸਮਿਲਾ ਕਰਾਂ, ਮੈਂ ਬਿਸਮਿਲਾ ਕਰਾਂ, ਮੈਂ ਬਿਸਮਿਲਾ ਕਰਾਂ। ਬੋਲੀ ਸੱਚੇ ਦਰਬਾਰੀ ਕੀ, ਬੋਲ ਸੱਚੇ ਦਰਬਾਰੀ ਕੀ। ਪੈਰ ਵੀ ਰੱਖਿਓ ਜੀ, ਦੂਜਾ ਗਾਣ ਜਕਾਰਾ ਪੀਰ ਬਾਬਾ ਸ਼ਹਿਨਸ਼ਾਹ ਜੀ ਦਾ, ਬੋਲ ਸੱਚੇ ਦਰਬਾਰੀ ਕੀ। ਅੱਛਾ ਦੱਸੋ, ਕਿਹੜੇ ਕਿਹੜੇ ਭਗਤਾਂ ਨੂੰ ਮੇਲੇ ਦੀ ਖੁਸ਼ੀ ਹੈ, ਜ਼ਰਾ ਤਾੜੀ ਲਗਾਓ ਇੱਕ ਵਾਰ ਸਾਰੀ ਪ੍ਰਬੰਧਕ ਕਮੇਟੀ ਦੇ ਨਾਂ ਤੇ ਜਿਨ੍ਹਾਂ ਨੇ ਅੱਜ ਇੰਨਾ ਸੋਹਣਾ ਮੇਲਾ ਕਰਵਾਇਆ। ਤੇ ਹੁਣ ਕੀ ਕਹਿੰਦੇ ਨੇ ਕਿ ਜਦੋਂ ਵੀ ਆਪਾਂ ਬਾਬਾ ਜੀ ਦੇ ਦਰਬਾਰ ਤੇ ਜਾਂਦੇ ਹਾਂ, ਜਿੱਦਾਂ ਅੱਜ ਸਾਰੀ ਸੰਗਤ ਆਈ ਹੈ, ਤਾਂ ਉਹਨਾਂ ਨੂੰ ਜਾ ਕੇ ਕੀ ਕਹਿੰਦੇ ਹਾਂ ਕਿ ਮੇਰੇ ਦਾਦਾ ਸਰਕਾਰ ਜੀ ਸਾਡੇ ਮਨ ਦੀ ਮੁਰਾਦ ਪੂਰੀ ਕਰ ਦਿਓ, ਜਾਂ ਸਾਨੂੰ ਇਹ ਚੀਜ਼ ਚਾਹੀਦੀ ਹੈ। ਪਰ ਦਾਦਾ ਸਰਕਾਰ ਦੇ ਬੜੇ ਵਿਰਲੇ ਭਗਤ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਮੇਰੀ ਸਰਕਾਰ ਮੈਨੂੰ ਤੁਹਾਡੇ ਤੋਂ ਕੁਝ ਨਹੀਂ ਚਾਹੀਦਾ, ਸਿਰਫ ਤੁਸੀਂ ਚਾਹੀਦੇ ਹੋ। ਇਸ ਲਈ ਜਦੋਂ ਵੀ ਦਰਬਾਰ ਤੇ ਜਾਣਾ, ਇਹ ਨਹੀਂ ਕਹਿਣਾ ਕਿ ਦਾਦਾ ਸਰਕਾਰ ਜੀ ਸਾਡੀਆਂ ਖਾਲੀ ਝੋਲੀਆਂ ਭਰ ਦਿਓ, ਕਹਿਣਾ ਕਿ ਮੈਂ ਅੱਜ ਸਿਰਫ ਤੁਹਾਨੂੰ ਵੇਖਣ ਆਇਆ, ਤੁਹਾਨੂੰ ਮਿਲਣ ਆਇਆ, ਤੇ ਅੱਜ ਮੇਰੇ ਨਾਲ ਚੱਲੇ। ਇੱਕ ਵਾਰੀ ਕਹਿ ਕੇ ਵੇਖਣਾ, ਕਦੇ ਦਾਦਾ ਸਰਕਾਰ ਤੋਂ ਮੰਗਣ ਦੀ ਜ਼ਰੂਰਤ ਨਹੀਂ ਪੈਣੀ। ਉਹ ਵਿਰਲੇ ਭਗਤਾਂ ਲਈ ਕੀ ਲਿਖਦੇ ਨੇ ਸੜਕ ਦੀਆਂ, ਹੂੰ ਆਪਣੀ ਖੈਰ ਸਾਇਆ ਕੋਲੋਂ ਉਹ ਸਦਾ ਮੰਗੀਏ ਇਸ ਜ਼ਮਾਨੇ ਨੇ, ਹਾਏ ਜੋ ਦਾਤਾ ਦੀਆਂ ਖੈਰਾਂ ਮੰਗਦੇ ਨੇ, ਉਹ ਮੇਰੇ ਪੀਰ ਦੇ ਅਸਲ ਦੀਵਾਨੇ ਨੇ, ਉਹ ਮੇਰੇ ਸਾਈ ਦੇ ਅਸਲ ਦੀਵਾਨੇ ਨੇ। ਕਹਿੰਦੇ ਆਪਣੀ ਖੈਰ ਦਾ ਸਾਰਾ ਜ਼ਮਾਨਾ ਮੰਗਦਾ ਦਾਦਾ ਸਰਕਾਰ ਜੀ ਤੋਂ, ਪਰ ਜਿਹੜਾ ਦਰਬਾਰ ਤੇ ਜਾ ਕੇ ਉਹਨਾਂ ਦੀ ਖੈਰ ਮੰਗੇ, ਉਹਦੇ ਵਰਗਾ ਭਗਤ ਕੋਈ ਨਹੀਂ। ਕੀ ਲਿਖਦੇ, ਇਹ ਗੱਲ ਇਮਾਨ ਦੀ ਏ ਦਾਦਾ ਜੀ, ਹੋਈ ਗੱਲ ਇਮਾਨ ਦੀ, ਵੇ ਤੇਥੋਂ ਸੋਹਣਾ ਹੋਰ ਕੋਈ ਨਾ, ਵੇ ਤੇਥੋਂ ਸੋਹਣਾ ਹੋਰ ਕੋਈ ਨਾ, ਤੇ ਮੈਨੂੰ ਕਸਮ ਕੁਰਾਨ ਮੋਢੇ ਤੇ ਲੋਈ ਏ ਦਾਦਾ ਜੀ, ਮੋਢੇ ਤੇ ਲੋਈ ਵੇ ਜਿਹਨੇ ਸਾਨੂੰ ਸੰਗ ਲਾਇਆ। ਕਹਿੰਦੇ ਜਿਹਨੇ ਮੈਨੂੰ ਦਾਦਾ ਸਰਕਾਰ ਨਾਲ ਮਿਲਾਇਆ, ਵੇ ਜਿਹਨੇ ਸਾਨੂੰ ਸੰਗ ਲਾਇਆ, ਉਹਦੇ ਵਰਗਾ ਨਾ ਕੋ ਦਿਲਾਂ ਦੇ ਸੌਦੇ ਕੀਤੇ ਨੇ ਤੇਰੇ ਦਰਬਾਰ ਦੀ ਖਾਤੇ, ਜ਼ਮਾਨਾ ਸਾਰਾ ਛੱਡਿਆ ਅਸਾਂ ਸੋਹਣੇ ਯਾਰ ਦੀ ਖਾਤੇ, ਦਿਲਾਂ ਦੇ ਸੌਦੇ ਕੀਤੇ ਨੇ। ਹੁਣ ਕੀ ਕਹਿੰਦੇ, ਉਹ ਜੀਵੇ ਦਾਤਾ ਪੀਰ ਸੋਹਣਾ, ਜੀਵੇ ਜੀਵੇ ਉਹ ਜੀਵੇ ਦਾਤਾ ਪੀਰ ਸੋਹਣਾ, ਅਸਮਾਨੀ ਤਾਰਾ ਏ। ਹੁਣ ਜਿਨ੍ਹਾਂ ਨੂੰ ਸਹਾਰਾ ਦਾਤਾ ਸਰਕਾਰ ਜੀ ਦੇ ਨਾਂ ਦਾ, ਜ਼ਰਾ ਤਾੜੀ ਲਗਾ ਕੇ ਕੀ ਕਹਿਣਾ, ਹੋ ਜੀਵੇ 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 ਜ
ਹੋ ਕੇ ਇੱਕ ਦਰਣ ਜਿਹਾ ਵੇ ਅੱਖੀਆਂ ਨਾ ਲਾ ਛੱਡੀਏ ਭਾਵੇਂ ਮਾਈਆ ਗਰੀਬ ਹੋਵੇ ਵੇ ਅੱਖੀਆਂ ਨਾ ਲਾ ਛੱਡੀਏ ਭਾਵੇਂ ਮਾਈਆ ਗਰੀਬ ਹੋਵੇ ਵੇ ਅੱਖੀਆਂ ਨਾ ਲਾ ਛੱਡੀਏ ਭਾਵੇਂ ਮਾਈਆ ਗਰੀਬ ਹੋਵੇ ਦਾਦਾ ਪੀਰ ਸੋਹਣਾ ਜੀ ਨੇ ਗਲੇ ਨਾਲ ਲਾਇਆ ਅੱਗੇ ਉਹ ਭਗਤਾਂ ਦਾ ਕੀ ਜਵਾਬ ਆਇਆ ਕਿ ਆਪਣੀ ਮੈਂ ਬਾਂਹ ਦੇ ਉੱਤੇ ਨਾਮ ਦਾਦਾ ਸਰਕਾਰ ਦਾ ਲਿਖਾਇਆ ਪਰ ਜਿਹੜੇ ਦਾਦਾ ਸਰਕਾਰ ਦੇ ਦੀਵਾਨੇ ਹੁੰਦੇ ਨੇ ਉਹਨਾਂ ਦੀਆਂ ਬਾਹਾਂ ਤੇ ਨੇ ਉਹਨਾਂ ਦੇ ਦਿਲਾਂ ਤੇ ਮੇਰੀ ਸਰਕਾਰ ਦਾ ਨਾਮ ਹੁੰਦਾ ਕੀ ਕਹਿ ਰਹੀ ਹੋ ਆਪਣੇ ਮੈਂ ਦਿਲ ਦੇ ਹੋ ਆਪਣੇ ਮੈਂ ਦਿਲ ਦੇ ਉੱਤੇ ਨਾਮ ਦਾਤਾ ਦਾ ਲਿਖਾਇਆ ਹੋ ਆਪਣੇ ਮੈਂ ਦਿਲ ਦੇ ਉੱਤੇ ਨਾਮ ਦਾਤਾ ਦਾ ਲਿਖਾਇਆ ਲੱਖਾਂ ਦੇ ਦਾਤੇ ਨੇ
ਹੱਥ ਖੜੇ ਕਰ ਲੋ ਦਰਬਾਰ ਨੂੰ ਜਿਹੜੇ ਪਿਆਰ ਕਰਦੇ ਨੇ ਕੀ ਕਹਿਣਾ ਰਸੋਲੀ ਪਿੰਡੇ ਰਹਿਣ ਵਾਲਿਆ ਤੇਰੀ ਦਮ ਦਮ ਖੈਰ ਹੋਵੇ ਰਸੋਲੀ ਪਿੰਡੇ ਰਹਿਣ ਵਾਲਿਆ ਤੇਰੀ ਦਮ ਦਮ ਖੈਰ ਹੋਵੇ ਰਸੋਲੀ ਪਿੰਡੇ ਰਹਿਣ ਵਾਲਿਆ ਤੇਰੀ ਦਮ ਦਮ ਖੈਰ ਹੋਵੇ ਰਸੋਲੀ ਪਿੰਡੇ ਰਹਿਣ ਵਾਲਿਆ ਤੇਰੀ ਦਮ ਦਮ ਖੈਰ ਹੋਵੇ ਜਿੰਨੀ ਹਾਜ਼ਰੀ ਕਬੂਲ ਕਰਨੀ ਹੈ ਸਾਰਿਆਂ ਨੇ ਸਾਰਿਆਂ ਦਾ ਦਿਲੋਂ ਸ਼ੁਕਰੀਆ ਬੋਲੀਏ ਸੱਚੇ ਦਰਬਾਰ ਕੀ ਬੋਲ ਸੱਚੇ ਦਰਬਾਰ ਕੀ ਹਲਾ ਟੈਸਟਿੰਗ ਹਲਾ ਹਲਾ ਵਨ ਹਲਾ ਲੱਕੀ ਜੀ ਬਹੁਤ ਬਹੁਤ ਮਿਹਰਬਾਨੀ ਇੱਕ ਵਾਰ ਦਰਬਾਰ ਦੇ ਨਾਂ ਤੇ ਤਾੜੀਆਂ ਮਾਰ ਦਿਓ ਜਿੰਨੇ ਹੱਥ ਖਾਲੀ ਹੈ ਪ੍ਰਬੰਧਕਾਂ ਨੇ ਮੈਟ ਤੁਹਾਡੇ ਲਈ ਵਿਛਾਇਆ ਮੈਟਾਂ ਦੇ ਬੈਠਣ ਦੀ ਕਿਰਪਾਲਤਾ ਕਰੋ ਜਿਹੜੇ ਮੇਰੇ ਵੀਰ ਮੇਰੀਆਂ ਭੈਣਾਂ ਸੱਜੇ ਖੱਬੇ ਖੜੀਆਂ ਸਾਰਿਆਂ ਨੂੰ ਬੇਨਤੀ ਹੈ ਕਿ ਬਹੁਤ ਵਧੀਆ ਮੈਟ ਤੇ ਪੱਖੇ ਤੁਹਾਡੇ ਲਈ ਇੰਤਜ਼ਾਮ ਕੀਤਾ ਹੋਇਆ ਸਾਰੇ ਵੀਰਾਂ ਨੂੰ ਬੇਨਤੀ ਹੈ ਬਜ਼ੁਰਗਾਂ ਨੂੰ ਬੇਨਤੀ ਹੈ ਬੱਚਿਆਂ ਨੂੰ ਬੇਨਤੀ ਹੈ ਕਿ ਮੈਟਾਂ ਦੇ ਬੈਠਣ ਦੀ ਕਿਰਪਾਲਤਾ ਕਰੋ ਤਕਰੀਬਨ ਜਿਹੜਾ ਮੇਲਾ 12-13 ਘੰਟੇ ਚੱਲਣਾ ਮੈਟਾਂ 'ਤੇ ਬੈਠਣ ਦੀ ਕਿਰਪਾਲਤਾ ਕਰੋ ਖੂਨਦਾਨ ਕੈਂਪ ਵੀ ਲੱਗਿਆ ਹੋਇਆ ਜੇ ਕਿਸੇ ਦੋਸਤ ਮਿੱਤਰ ਨੇ ਖੂਨਦਾਨ ਪਾਈ ਦਾਨ ਕਰਨਾ ਤਾਂ ਤੁਸੀਂ